जी सही थोक पूछें दे पहले उक वाला बाद ही तो पूछे तो थोक ਆਪਣਾ ਵਜੂਦ ਜਵਾਬ ਦੇ ਆਪਣਾ ਵਜੂਦ ਗੋਡੇ ਜਵਾਬ ਦੇ ਦੇ ਅੱਖੀ ਜ਼ਹਿਨ ਤੇ ਚੜੀ ਬੈਠੇ ਮੂੰਹੋਂ ਕੋ ਦਰਦ ਹੋਣੇ ਤੁਹਾਡੀ ਗੱਲ ਸਹੀ ਵੱਡੇ ਦਾਮ ਜ਼ਰੂਰੀ ਹੈ ਹੋਰ ਕਹੇ ਤੋ ਤੇ ਕਾਵੜ ਕਰਨਾ ਬਸ ਅੱਲਾ ਤੇਰੀ ਉਮਰ ਦਰਾਜ਼ ਕਰੇ ਬਚੜਾ ਜੀ ਦੇ ਤੋ ਸੁਭਾਨ ਅੱਲਾਹ ਜੀ ਨਮਾਜ਼ ਪੜ੍ਹ ਕੇ ਦਿੱਤੀ ਅੱਛਾ ਤੋ ਇਹ ਮਸ਼ਕਾ ਕਰ ਕੇ ਮਤਲਬ ਉਹਨੇ ਕਹੇ